ਵਾਈਗੁੱਡ ਜੀ ਦਾ ਖਾਲਸਾ ਵਾਈਗੁੱਡ ਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਹੈ ਜੀ ਤੇ ਜਿੱਦਾਂ ਆਪ ਸਭ ਦੀ ਡਿਮਾਂਡ ਤੇ ਸਿੰਗਲ ਪਰਨੇ ਦੀ ਪੋਣੀ ਵਿਦ ਪਟੇਲਾ ਸ਼ਹੀ ਪਰਨੇ ਦੀ ਵੀਡੀਓ ਅੱਜ ਆਪਾਂ ਲੈ ਕੇ ਆਏ ਹਾਂ ਜੀ ਸਿੰਗਲ ਪਰਨਾ ਲਿਆ ਗਿਆ ਹੈ ਜਿਸ ਦੀ ਲੰਬਾਈ ਹੈ ਜੀ 3.5 ਮੀਟਰ ਇੱਕ ਸਾਈਡ ਤੋਂ ਆਪ پکڑ ਲੈਣਾ ਹੈ ਦੂਸਰੀ ਸਾਈਡ ਕਿਸੇ ਨੂੰ ਪਕੜਾ ਦੇਣਾ ਹੈ ਦੋਨਾਂ ਪਾਸੇ ਤੋਂ ਲੜ ਨੂੰ ਅੰਦਰ ਨੂੰ ਮੋੜ ਕੇ ਪੋਣੀ ਕਰ ਲੈਣੀ ਹੈ ਜੀ ਉਸ ਤੋਂ ਬਾਅਦ ਅੱਧੀ ਗੱਠ ਦੀ ਚੜਾਈ ਜਿੰਨ ਜੋ ਪਰਨੇ ਦੀ ਪੂਣੀ ਉਹਨਾਂ ਨੂੰ ਇਕੱਠੀ ਕਰਨਾ ਹੈ ਆਪਾਂ ਸਾਰਿਆਂ ਨੂੰ ਸਿਰੇ ਤੇ ਇੱਕ ਗੱਠ ਲਗਾਉਣੀ ਹੈ ਤਾਂ ਜੋ ਜੇਕਰ ਆਪਾਂ ਪਰਨਾ ਖੜਕੇ ਬੰਨੀ ਹੈ ਇੱਕ ਆਠ ਨਾਲ ਕੀ ਆਪਣੀ ਜੋ ਪਰਨੇ ਦੀ ਪੂਣੀਆਂ ਨਹੀਂ ਖੁੱਲੇਗੀ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਲੜ ਚੱਕਣੇ ਆ ਜਿੰਨੇ ਲੜ ਤੁਹਾਡੇ ਹੱਥ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਪਕੜ ਕੇ ਨੀਚੇ ਵੱਲ ਦਵਾਈ ਜਾਣਾ ਹੈ ਕਿਉਂਕਿ ਪਰਨਾ ਸਿੰਗਲ ਹੋਣ ਕਰਕੇ ਇਹਦੀ ਪੂਣੀ ਕਰਨ ਦੇ ਉੱਤੇ ਥੋੜੀ ਜਿਹੀ ਅਖਿਆਈ ਆ ਸਕਦੀ ਹੈ ਪਤਲੇ ਲੜਾਂ ਨੂੰ ਉੱਪਰ ਪਕੜ ਕੇ ਹਲਕਾ ਜਿਹਾ ਝੜਕਾ ਮਾਰਨਾ ਹੈ ਤਾਂ ਜੋ ਸਾਰਾ ਕੱਪੜਾ ਪੂਣੀ ਦੇ ਵਿੱਚ ਥੱਲੇ ਵਹਿ ਸਕੇ ਤੇ ਤੁਹਾਡੇ ਪਰਨੇ ਦੀ ਜੀ ਪੂਣੀ ਆ ਉਹ ਵਧੀਆ ਤਰੀਕੇ ਨਾਲ ਹੋ ਸਕੇ ਤੇ ਜਿਨੇ ਵੀ ਇਹ ਚੈਨਲ ਦੇਖ ਰਹੇ ਨੇ ਜੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬਾਕੀ ਨਵੀਆਂ ਵੀਡੀਓ ਬਣਾਉਣ ਲਈ ਜਿਨੇ ਕਮੈਂਟ ਕਰਦੇ ਹੋ ਤੁਸੀਂ ਕਿਸੇ ਵੀ ਸਟਾਈਲ ਚ ਤੁਸੀਂ ਵੀਡੀਓ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਥੋੜੀ ਇਹ ਸਾਰੀ ਹੁਣ ਆਸ਼ਾ ਪੂਰੀ ਕੀਤੀ ਜਾਣੀ ਆ। ਤਕਰੀਬਨ ਹੁਣ ਦੇਖ ਲਓ ਪੂਣੀ ਹੋ ਚੁੱਕੀ ਆ ਜੀ ਇਸ ਤੋਂ ਬਾਅਦ ਆਪਾਂ ਪਰਨਾ ਬੰਨਣਾ ਹੈ। ਸਭ ਤੋਂ ਪਹਿਲਾਂ ਜੋ ਜਿਸ ਤਰ੍ਹਾਂ ਆਪਾਂ ਪੱਗ ਬੰਨਦੇ ਆ ਪਟਿਆਲਾ ਛੀ ਉਸੇ ਤਰੀਕੇ ਨਾਲ ਅੜ ਆਪਾਂ ਮੂੰਹ ਦੇ ਵਿੱਚ ਪਕੜ ਲੈਣਾ ਹੈ। ਉੱਪਰਲੇ ਪਾਸੇ ਉਹ ਪੂਣੀ ਨੂੰ ਖੋਲ ਕੇ ਸਿਰ ਦੇ ਉੱਪਰ ਵਿਛਾ ਲੈਣਾ ਹੈ। ਕਹਿਣ ਤੋਂ ਭਾਵ ਜੋ ਸਿਰ ਹੈ ਉਹ ਆਪਾਂ ਪਹਿਲਾਂ ਹੀ ਖਬਰ ਕਰ ਲੈਣਾ ਹੈ। ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਸਿਰ ਕਵਰ ਕਰਨ ਤੋਂ ਬਾਅਦ ਫਰੰਟ ਤੇ ਲੈ ਕੇ ਲੜ ਨੂੰ ਅੱਖ ਵਾਲੇ ਪਾਸੇ ਅੰਦਰ ਨੂੰ ਮੋੜ ਲੈਣਾ ਹੈ ਉਸ ਤੋਂ ਬਾਅਦ ਦੋਨਾਂ ਪਾਸੇ ਤੋਂ ਇਧਰਾ ਫੋਲਡ ਕਰਕੇ ਲੜ ਨੂੰ ਸੈਂਟਰ 'ਚ ਨਹੀਂ ਲਗਾਉਣਾ ਇਹਨੂੰ ਲੜ ਨੂੰ ਟੇਡਾ ਰੱਖਣਾ ਇਹ ਜੋ ਕਪੜਾ ਆਪ ਵਰਤਿਆ ਹੈਗਾ ਸਿੰਗਲ ਇਹ ਰੂਬੀਆ ਪ्योर ਰੂਬੀਆ ਦੇ ਵਿੱਚ ਵਰਤਿਆ ਹੈਗਾ ਕਿਉਂਕਿ ਜੋ ਰੂਬੀਆ ਕਪੜਾ ਹੁੰਦਾ ਫੁੱਲ ਵੈਲ ਦੇ ਨਾਲ ਕਾਫੀ ਜ਼ਿਆਦਾ ਭਾਰੀ ਹੁੰਦਾ ਤੇ ਇਹਦੀ ਜੋ ਸ਼ੇਪ ਆ ਉਹ ਫਲਾਵਲ ਦੇ ਨਾਲੋਂ ਜ਼ਿਆਦਾ ਵਧੀਆ ਤੇ ਫਲਾਵਰਟ ਦੇ ਵਿੱਚ ਆਉਂਦੀ ਆ ਤੇ ਦੂਸਰਾ ਲੜ ਜਿੱਦਾਂ ਆਪਾਂ ਪਟਿਆਲਾ ਸੀ ਪੱਗ ਬੰਨਦੇ ਆ ਬਿਲਕੁਲ ਉੱਪਰ ਛਿਰ ਦੇ ਲੈ ਜਾਣਾ ਹੈ ਜਿੱਥੇ ਤੋਂ ਜਿੰਨੀ ਦੋਨਾਂ ਹੱਥਾਂ ਦੇ ਨਾਲ ਕੱਪੜਾ ਆਪਾਂ ਪੂਣੀ ਦਾ ਫੜਿਆ ਗਿਆ ਹੈ ਹੱਥ ਨਾਲ ਉਨੀ ਜਗ੍ਹਾ ਨਾਲ ਦੀ ਨਾਲ ਸਾਫ਼ ਕਰ ਲੈਣੀ ਆ ਜਦੋਂ ਲੜ ਨੂੰ ਮੋੜਨਾ ਹੈ ਬਿਲਕੁਲ ਹਲਕਾ ਜਿਹਾ ਮੋੜਨਾ ਹੈ ਜਿੱਥੋਂ ਲੜ ਆਪਾਂ ਮੋੜ ਰਹੇ ਹਾਂ ਉਹ ਜਗ੍ਹਾ ਦੀ ਜੋ ਪੱਗ ਦੀ ਜਿੱਥੇ ਪਰਨੇ ਦੀ ਨੋਕ ਹੁੰਦੀ ਹੈ ਉਹਦੀ ਚੜਾਈ ਘਟੋ-ਘਟ 2 ਤੋਂ 2.5 ਇੰਚ ਰੱਖਣੀ ਹੈ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਦੇ ਨਾਲ ਅਗਲਾ ਲੜ ਬੈਕ ਸਾਈਡ ਤੋਂ ਹਲਕਾ ਫੋਲਡ ਕਰਕੇ ਉੱਪਰ ਲੈ ਆਉਣਾ ਹੈ ਨੀਚੋਂ ਉਹਨੂੰ ਖਿੱਚ ਕੇ ਸਫਾਈ ਕਰ ਲੈਣੀ ਹੈ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਅੰਗੂਠੇ ਨਾਲ ਹਲਕਾ ਜਿਹਾ ਫੋਲਡ ਕਰਕੇ ਪੂਰੀ ਸਫਾਈ ਦੇ ਨਾਲ ਜੋ ਅਗਲਾ ਬੜਾ ਲੜਾ ਹੈ ਉਹ ਪਾ ਲਗਾ ਦੇਣਾ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਫੇਸਬੁਕ ਅਕਾਊਂਟ ਤੇ WhatsApp Instagram ਸਟੋਰੀ ਪਾ ਦਿਓ ਤਾਂ ਜੋ ਜਿੰਨਾ ਵੀਰਾਂ ਤੱਕ ਜੋ ਨਹੀਂ ਵੀ ਪੰਦੇ ਜਾਂ ਇਹਨਾਂ ਨੂੰ ਪੜਨਾ ਨਹੀਂ ਬੰਣਾ ਆਉਂਦਾ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਸਿਰ ਦੇ ਉੱਤੇ ਇੱਕ ਕੱਪੜਾ ਬੰਨ੍ਹਿਆ ਸੀ ਜਿੰਨਾ ਵੀਰਾਂ ਦੇ ਕੇਸ ਰੱਖੇ ਹੋਏ ਨੇ ਆਪਣਾ ਉਹ ਜੋ ਵੀ ਬੇਸ ਬੰਨ੍ਹਦੇ ਆ ਵਿਦਆਊਟ ਬੇਸ ਵੀ ਇਹ ਤੁਸੀਂ ਪਰਨਾ ਬੰਨ੍ਹ ਸਕਦੇ ਹੋ ਜਿਹੜੇ ਵੀਰਾਂ ਦੇ ਕੇਸ ਨਹੀਂ ਰੱਖੇ ਹੋ ਸਿਰ ਤੋਂ ਕੇਸ ਕਤਲ ਕੀਤੇ ਆ ਉਹਨਾਂ ਨੇ ਉਹ ਵੀ ਇਹ ਤਰੀਕੇ ਦਾ ਪਰਨਾ ਬੰਨ੍ਹ ਸਕਦੇ ਆ ਜੋ ਵੀਰ ਚਾਹੁੰਦੇ ਆ ਕਿ ਉਹ ਜਿਨ੍ਹਾਂ ਦੇ ਵਿੱਚ ਅੰਦਰ ਸਿੱਖਣ ਦੀ ਚਾਹਤ ਹੈ ਜਿਨ੍ਹਾਂ ਦੇ ਕੇਸ ਨਹੀਂ ਵੀ ਰੱਖੇ ਹੋਏ ਹੌਲੀ ਹੌਲੀ ਸ਼ੁਰੂਆਤ ਇਸ ਤਰ੍ਹਾਂ ਦੇ ਪਰਨੇ ਤੋਂ ਤੁਸੀਂ ਕਰ ਸਕਦੇ ਹੋ ਜਦੋਂ ਤੁਹਾਡੇ ਹੱਥ ਟਿਕ ਜਾਂਦਾ ਹੈ ਤੁਹਾਡੇ ਸਿਰ ਨੂੰ ਆਦਤ ਹੋ ਜਾਂਦੀ ਆ ਪਰਨਾ ਰੱਖਣ ਦੀ ਉਸ ਤੋਂ ਬਾਅਦ ਤੁਸੀਂ ਪੰਜ ਲੜਾਂ ਵਾਲੀ ਘਟੋ ਘਟ ਪੱਗ ਤੋਂ ਸਟਾਰਟਿੰਗ ਕਰਕੇ ਤੁਸੀਂ ਪੱਗ ਬੰਨਣੀ ਸ਼ੁਰੂ ਕਰ ਸਕਦੇ ਹੋ ਇਹ ਸਾਰਾ ਪਰਨਾ ਬੰਨਣ ਦਾ ਤਰੀਕਾ ਹੈ ਪਟਿਆਲਾ ਸ਼ਹੀ ਪੱਗ ਦੇ ਵਾਂਗ ਹੈ ਫਰਕ ਬਸ ਇਹਨਾਂ ਹੈ ਜਿੱਥੋਂ ਲੜ ਮੋੜ ਰਹੇ ਹਾਂ ਉਹ ਹਲਕਾ ਜਾਂ ਚੜਾਈ ਦੇ ਵਿੱਚ ਰੱਖਿਆ ਗਿਆ ਹੈ ਬਾਕੀ ਜਿਨੇ ਵੀ ਵੀਡੀਓ ਦੇਖ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਹੋਰ ਜਿੰਨੇ ਤੁਹਾਡੀ ਪ੍ਰੋਫੈਸ਼ਨ ਦੇ ਉਹਦੇ ਉਦਾਹਰਨ ਤੇ ਆਪਾਂ ਵੀਡੀਓ ਜਲਦੀ ਸੋਚ ਵਿਚਾਰ ਕੇ ਆਪਾਂ ਜਲ ਤੋਂ ਜਲਦ ਚੈਨਲ ਤੇ ਲੈ ਕੇ ਆਵਾਂਗੇ ਇਹ ਜੋ ਸਾਡਾ ਚੈਨਲ ਹੈ ਇਹ ਦੂਸਰਾ ਚੈਨਲ ਹੈ ਇਹਨੂੰ ਸਪੋਰਟ ਦੀ ਕਾਫੀ ਲੋੜ ਹੈ ਜੀ ਸਾਰੇ ਵੀਰਾਂ ਦੇ ਵੀਡੀਓ ਆਪਾਂ ਇਹਦੇ ਤੇ ਪਾਇਆ ਕਰਨੀਆਂ ਜੀ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਜੋ ਲੜ ਹੈ ਚਾਰ ਲੜਾਂ ਤੋਂ ਬਾਅਦ ਜੇਕਰ ਕਿਸੇ ਵੀਰ ਦਾ ਛੋਟਾ ਰਹਿ ਜਾਂਦਾ ਹੈ तकरीबन 35 ਮੀਟਰ ਤੋਂ 4 ਮੀਟਰ ਦੇ ਵਿੱਚ ਆਪਾਂ ਪਰਨੇ ਲੈਂਥ ਲੈ ਸਕਦੇ ਆ ਇਹਨੂੰ ਬੈਕ ਸਾਈਡ ਤੇ ਤੁਸੀਂ ਲਗਾ ਵੀ ਸਕਦੇ ਹੋ ਜੇ ਥੋੜਾ ਲੰਬਾ ਆ ਜਾਂਦਾ ਹੈ ਇਹਦਾ ਇਹ ਵਾਲੇ ਲੜ ਦਾ ਵੀ ਸਿੰਪਲ ਅੱਗੇ ਪੇਚ ਬਣਾ ਕੇ ਤੁਸੀਂ ਲਗਾ ਸਕਦੇ ਹੋ ਤੇ ਜਿਨ੍ਹਾਂ ਕਈ ਵੀਰਾਂ ਦੇ ਵਿੱਚ ਪਰਨੇ ਜੀ ਪ੍ਰੋਬਲਮ ਆਉਂਦੀ ਹੈ ਜੀ ਉਹਨਾਂ ਦੇ نیچے ਜੋ ਬੇਸ ਬਣਿਆ ਹੁੰਦਾ ਉਹਦੀ 50 ਨਜ਼ਰ ਆਉਣ ਲੈਂਦੀ ਆ ਉਹਨਾਂ ਨੂੰ ਵੇਂਤੀਆ ਪਲਾਂ ਖਰਾਬ ਦਾ ਪੜਨਾ ਕੰਪਲੀਟ ਕਰ ਲੈਣ ਉਸ ਤੋਂ ਬਾਅਦ ਦੀ ਮਾਦੇ ਨਾਲ ਜੇ ਥੱਲੇ ਕੋਈ ਪਟਕਾ ਵੀ ਨੀਚੇ ਦਿਖਦਾ ਰਹੇ ਉਹਨਾਂ ਨੂੰ ਉੱਪਰ ਵੱਲ ਚੱਕ ਕੇ ਉਹਨੂੰ ਸਹੀ ਤੁਸੀਂ ਕਰ ਸਕਦੇ ਹੋ ਤਕਰੀਬਨ ਆਪ ਸਭ ਦੇਖ ਸਕਦੇ ਹੋ ਜੀ ਪੜਨੇ ਦੀ ਪੂਰਾ ਕੰਪਲੀਟ ਹੋ ਚੁੱਕਿਆ ਹੈ ਫੋਲ ਵੈਲ ਦੇ ਵਿੱਚ ਵੀ ਇਹ ਸਟਾਈਲ ਹੈ ਜੋ ਬਣਿਆ ਜਾ ਸਕਦਾ ਹੈ ਫੋਲ ਵੈਲ ਦੇ ਫਰਕ ਸਿਰਫ ਇੰਨਾ ਹੋ ਜਾਊਗਾ ਪਰਨੇ ਦੀ ਸ਼ੇਪ ਥੋੜੀ ਜਿਹੀ ਛੋਟੀ ਹੋ ਸਕਦੀ ਹੈ ਬਾਜ ਦੀ ਮੱਧ ਨਾਲ ਆਪਾਂ ਸਫਾਈ ਕਰ ਲੈਣੀ ਹੈ ਜੇਕਰ ਤੁਸੀਂ ਨਹੀਂ ਚਾਹੁੰਦੇ ਸਫਾਈ ਕਰਨੀ ਸਿੰਪਲ ਇਦਾਂ ਵੀ ਰੱਖ ਸਕਦੇ ਹੋ ਕਿਉਂਕਿ ਪਰਨੇ ਦੇ ਵਿੱਚ ਖਾਸ ਕੋਈ ਇੰਨੀ ਗੱਲ ਮਾਇਨੇ ਨਹੀਂ ਰੱਖਦੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੀ